ਸਿਆਚੀਨ ਗਲੇਸ਼ੀਅਰ ਵੈਸੇ ਤਾਂ ਇਸ ਨੂੰ ਗੁਲਾਬ ਦੀ ਘਾਟੀ ਕਿਹਾ ਜਾਣਾ ਚਾਹੀਦਾ ਹੈ ਪਰ ਇਸ ਨੇ ਇੰਡੀਅਨ ਆਰਮੀ ਨੂੰ ਕਾਫੀ ਜ਼ਿਆਦਾ ਦੁੱਖ ਦਿੱਤੇ ਨੇ ਕਿਉਂਕਿ ਇੱਥੋਂ ਦੇ -70 ਡਿਗਰੀ ਸੈਲਸੀਅਸ ਤਾਪਮਾਨ ਦੇ ਵਿੱਚ ਜੇਕਰ ਕਿਸੇ ਨੇ ਨਹਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਨਸਾਨ ਉਸੇ ਥਾਂ ਤੇ ਹੀ ਬੇਹੋਸ਼ ਹੋ ਜਾਵੇਗਾ ਜਿੱਥੇ ਇੰਨੀ ਜ਼ਿਆਦਾ ਬਰਫ਼ ਦੇ ਵਿੱਚ ਅਸੀਂ ਆਪਣੇ ਪੈਰਾਂ ਦੇ ਉੱਪਰ ਸਿੱਧਾ ਤੁਰ ਵੀ ਨਹੀਂ ਸਕਦੇ ਉੱਥੇ ਹੀ ਇੰਨੀ ਬਰਫ਼ ਦੇ ਵਿੱਚ ਇੰਡੀਅਨ ਆਰਮੀ ਨੂੰ ਆਪਣੇ ਨਾਲ 30-35 ਕਿਲੋ ਵਜ਼ਨ ਲੈ ਕੇ ਇਸ ਬਰਫ਼ ਦੇ ਵਿੱਚ ਤੁਰਨਾ ਪੈਂਦਾ ਹੈ ਤੇ ਇੰਨੀਆਂ ਸਾਰੀਆਂ ਮੁਸੀਬਤਾਂ ਝੱਲਣ ਤੋਂ ਬਾਅਦ ਇਹਨਾਂ ਨੂੰ ਖਾਣ ਦੇ ਲਈ ਮਿਲਦਾ ਹੈ ਜੰਮਿਆ ਹੋਇਆ ਆਂਡਾ ਜੰਮੇ ਹੋਏ ਪਿਆਜ਼ ਤੇ ਅਦਰਕ ਜਿਨ੍ਹਾਂ ਨੂੰ ਅਸੀਂ ਕੱਟ ਵੀ ਨਹੀਂ ਸਕਦੇ ਬਲਕਿ ਇਹਨਾਂ ਨੂੰ ਤੋੜਨਾ ਪੈਂਦਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਇੰਡੀਅਨ ਆਰਮੀ ਸਿਆਚਨ ਦੇ ਉੱਪਰ ਕਿਸ ਤਰ੍ਹਾਂ ਰਹਿੰਦੀ ਹੈ ਤੇ ਸਿਆਚਨ ਦੇ ਉੱਪਰ ਇੰਡੀਅਨ ਆਰਮੀ ਦਾ ਰਹਿਣਾ ਇੰਨਾ ਜ਼ਿਆਦਾ ਜ਼ਰੂਰੀ ਕਿਉਂ ਹੈ ਚਿਨ ਗਲੇਸ਼ੀਅਰ ਬਾਰੇ ਜਾਣਨ ਤੋਂ ਪਹਿਲਾਂ ਅਸੀਂ ਇਹ ਜਾਣ ਲੈਂਦੇ ਹਾਂ ਕਿ ਸਮੁੰਦਰ ਤਲ ਤੋਂ 24,000 ਫੁੱਟ ਦੀ ਉਚਾਈ ਤੇ ਪੂਰੀ ਤਰ੍ਹਾਂ ਦੇ ਨਾਲ ਚਾਰੇ ਪਾਸਿਓਂ ਬਰਫ਼ ਦੇ ਨਾਲ ਘਿਰੀ ਹੋਈ ਇਸ ਜਗ੍ਹਾ ਦੇ ਉੱਪਰ ਅਜਿਹਾ ਕੀ ਹੋਇਆ ਸੀ ਜਿਸ ਦੇ ਕਾਰਨ ਇੰਡੀਅਨ ਆਰਮੀ ਨੂੰ ਇੱਥੇ ਦਿਨ ਰਾਤ ਰਹਿਣਾ ਪੈਂਦਾ ਹੈ ਸੱਚ ਤਾਂ ਇਹ ਹੈ ਕਿ ਸਭ ਤੋਂ ਪਹਿਲਾਂ ਸਿਆਚਿਨ ਗਲੇਸ਼ੀਅਰ ਦੇ ਉੱਪਰ ਪਾਕਿਸਤਾਨ ਦੀ ਨਜ਼ਰ ਪਈ ਸੀ ਪਾਕਿਸਤਾਨ ਇਸ ਨੂੰ ਦੇਖਦਿਆਂ ਹੀ ਸਮਝ ਗਿਆ ਸੀ ਕਿ ਸਿਆਚਿਨ ਗਲੇਸ਼ੀਅਰ ਤੋਂ ਉਹ ਇੰਡੀਆ ਦੀ ਹਰ ਇੱਕ ਹਰਕਤ ਦੇ ਉੱਪਰ ਨਜ਼ਰ ਰੱਖ ਸਕਦਾ ਹੈ ਪਰ ਆਜ਼ਾਦੀ ਤੋਂ ਬਾਅਦ ਇੰਡੀਆ ਤੇ ਪਾਕਿਸਤਾਨ ਦੋਨੇ ਦੇਸ਼ਾਂ ਨੇ ਸ਼ਾਂਤੀ ਅਤੇ ਅਮਨ ਦਾ ਇੱਕ ਐਗਰੀਮੈਂਟ ਸਾਈਨ ਕੀਤਾ ਸੀ ਤੇ ਇਹੀ ਐਗਰੀਮੈਂਟ ਦੇ ਕਾਰਨ ਪਾਕਿਸਤਾਨ ਡਾਇਰੈਕਟਲੀ ਸਿਆਚਿਨ ਦੇ ਵਿੱਚ ਨਹੀਂ ਵੜ ਸਕਦਾ ਸੀ ਇਸ ਲਈ ਪਾਕਿਸਤਾਨ ਨੇ 1970 ਤੱਕ ਲੋਕ-ਲੋਕੇ ਗਲੇਸ਼ੀਅਰ ਦੇ ਉੱਪਰ ਚੜ੍ਹਨ ਦੀ ਪ੍ਰੈਕਟਿਸ ਕੀਤੀ ਹਾਲਾਂਕਿ ਆਪਣੀ ਇਹ ਹਰਕਤ ਨੂੰ ਪਾਕਿਸਤਾਨ ਜ਼ਿਆਦਾ ਦਿਨਾਂ ਤੱਕ ਗੁਪਤ ਨਹੀਂ ਰੱਖ ਸਕਿਆ ਕਿਉਂਕਿ 1981 ਦੇ ਵਿੱਚ ਪਾਕਿਸਤਾਨ ਦੀ ਹਰਕਤ ਦੀ ਖਬਰ ਇੰਡੀਅਨ ਆਰਮੀ ਦੇ ਕਰਨਲ ਨਰਿੰਦਰ ਪੁਲ ਕੁਮਾਰ ਨੂੰ ਲੱਗ ਗਈ ਸੀ ਜਿਸ ਤੋਂ ਤੁਰੰਤ ਬਾਅਦ ਹਰਕਤ ਦੇ ਵਿੱਚ ਆਉਂਦਿਆਂ ਇੰਡੀਅਨ ਆਰਮੀ ਨੇ ਕਰਨਲ ਪੁਲ ਕੁਮਾਰ ਨੂੰ ਇਹ ਆਰਡਰ ਦਿੱਤਾ ਕਿ ਉਹ ਸਿਆਚਿਨ ਦਾ ਪੂਰੀ ਚੰਗੀ ਤਰ੍ਹਾਂ ਦੇ ਨਾਲ ਨਕਸ਼ਾ ਬਣਾਉਣ ਤਾਂ ਕਿ ਇੰਡੀਅਨ ਆਰਮੀ ਨੂੰ ਸਿਆਚਿਨ ਦੇ ਪੂਰੇ ਇਲਾਕੇ ਦੀ ਪੂਰੀ ਚੰਗੀ ਤਰ੍ਹਾਂ ਦੇ ਨਾਲ ਜਾਣਕਾਰੀ ਹੋਵੇ ਜਦੋਂ ਇੰਡੀਅਨ ਆਰਮੀ ਦੇ ਇਹ ਮਿਸ਼ਨ ਬਾਰੇ ਪਾਕਿਸਤਾਨ ਨੂੰ ਪਤਾ ਲੱਗਿਆ ਤਾਂ ਉਸਨੇ ਤੁਰੰਤ ਹੀ ਸਿਆਚਿਨ ਦੇ ਉੱਪਰ ਕਬਜ਼ਾ ਕਰਨ ਦਾ ਮਿਸ਼ਨ ਬਣਾਇਆ ਇਸ ਲਈ ਉਸਨੇ ਗਲੇਸ਼ੀਅਰ ਦੀ ਚੜ੍ਹਾਈ ਕਰਨ ਦੇ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦਾ ਆਰਡਰ ਲੰਡਨ ਦੀ ਇੱਕ ਕੰਪਨੀ ਨੂੰ ਦਿੱਤਾ ਤੇ ਲੰਡਨ ਦੀ ਇਹ ਕੰਪਨੀ ਪਹਿਲਾਂ ਤੋਂ ਹੀ ਅਜਿਹੀਆਂ ਚੀਜ਼ਾਂ ਇੰਡੀਅਨ ਆਰਮੀ ਨੂੰ ਸਪਲਾਈ ਕਰਦੀ ਸੀ ਭਾਈਚਾਰਕ ਤੌਰ ਤੇ ਲੰਡਨ ਦੀ ਇਹ ਕੰਪਨੀ ਨੇ ਇੰਡੀਅਨ ਗਵਰਨਮੈਂਟ ਨੂੰ ਇਹ ਇਨਫੋਰਮੇਸ਼ਨ ਦਿੱਤੀ ਕਿ ਪਾਕਿਸਤਾਨ ਸਿਆਚਿਨ ਦੇ ਉੱਪਰ ਕਬਜ਼ਾ ਕਰਨ ਜਾ ਰਿਹਾ ਹੈ ਤੇ ਪਾਕਿਸਤਾਨ ਨੂੰ ਨਾਕਾਮਯਾਬ ਕਰਨ ਦੇ ਲਈ 1984 ਦੇ ਵਿੱਚ ਇੰਡੀਅਨ ਆਰਮੀ ਨੇ ਆਪਰੇਸ਼ਨ ਮੇਘਦੂਤ ਚਲਾਇਆ ਤੇ ਪਾਕਿਸਤਾਨ ਆਰਮੀ ਦੇ ਸਿਆਚਿਨ ਦੇ ਟੌਪ ਦੇ ਉੱਪਰ ਪਹੁੰਚਣ ਤੋਂ ਪਹਿਲਾਂ ਹੀ ਇੰਡੀਅਨ ਆਰਮੀ ਨੇ ਉੱਥੇ ਤਿਰੰਗਾ ਝੰਡਾ ਲਗਾ ਦਿੱਤਾ ਤੇ ਇਸ ਤੋਂ ਇੱਕ ਹਫ਼ਤੇ ਬਾਅਦ ਜਦੋਂ ਪਾਕਿਸਤਾਨ ਸਿਆਚਿਨ ਦੇ ਟੌਪ ਦੇ ਉੱਪਰ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਇੰਡੀਅਨ ਆਰਮੀ ਇੱਥੇ ਪਹਿਲਾਂ ਤੋਂ ਹੀ ਸਿਆਚਿਨ ਦੇ ਉੱਪਰ ਕਬਜ਼ਾ ਕਰੀ ਬੈਠੀ ਹੈ ਤੇ ਨਾਲ ਹੀ ਉਸਨੇ ਦੇਖਿਆ ਕਿ ਉਹਨਾਂ ਨੇ ਵੈਸਟ ਦੇ ਵਿੱਚ ਮੌਜੂਦ ਸੋਲੋਟਰੋ ਬ੍ਰਿਜ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਜਿੱਥੇ ਇੰਡੀਅਨ ਆਰਮੀ ਦੇ 100 ਤੋਂ ਜ਼ਿਆਦਾ ਬੇਸ ਕੈਂਪ ਵੀ ਸਨ ਤੇ ਸਿਆਚਿਨ ਤੇ ਇੰਡੀਆ ਦੇ ਕਬਜ਼ਾ ਹੋ ਜਾਣ ਤੋਂ ਬਾਅਦ ਅੱਜ ਤੱਕ ਵੀ ਪਾਕਿਸਤਾਨ ਸਿਆਚਿਨ ਗਲੇਸ਼ੀਅਰ ਦੇ ਉੱਪਰ ਆਪਣਾ ਦਾਅਵਾ ਕਰਦਾ ਆ ਰਿਹਾ ਹੈ ਜਿਵੇਂ ਕਿ 1984 ਤੋਂ ਲੈ ਕੇ 1999 ਤੱਕ ਗਲੇਸ਼ੀਅਰ ਦੇ ਕਾਰਨ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਖੂਨ ਖਰਾਬਾ ਹੋਇਆ ਹੈ ਪਰ ਇੱਥੇ ਇੱਕ ਸੱਚ ਇਹ ਵੀ ਹੈ ਕਿ ਸਿਆਚਿਨ ਗਲੇਸ਼ੀਅਰ ਦੇ ਉੱਪਰ ਜਿੰਨੀਆਂ ਮੌਤਾਂ ਗੋਲੀਆਂ ਦੇ ਨਾਲ ਹੋਈਆਂ ਨੇ ਉਸ ਤੋਂ ਕਿਤੇ ਜ਼ਿਆਦਾ ਮੌਤਾਂ ਇੱਥੇ ਠੰਡ ਦੇ ਕਾਰਨ ਹੋਈਆਂ ਨੇ ਇਸ ਦਾ ਜ਼ਿਕਰ ਸਾਡੇ ਯੂਨੀਅਨ ਮਿਨਿਸਟਰ ਨੇ 2015 ਦੇ ਵਿੱਚ ਲੋਕ ਸਭਾ ਨੂੰ ਇੱਕ ਲੈਟਰ ਲਿਖਦੇ ਹੋਏ ਕੀਤਾ ਸੀ ਉਹਨਾਂ ਨੇ ਦੱਸਿਆ ਸੀ ਕਿ ਆਪਰੇਸ਼ਨ ਮੇਘਦੂਤ ਤੋਂ ਬਾਅਦ ਹੁਣ ਤੱਕ ਸਿਆਚਿਨ ਦੇ ਵਿੱਚ ਮੌਸਮ ਦੀ ਮਾਰ ਦੇ ਕਾਰਨ ਹੀ ਇਕੱਲੇ 869 ਜਵਾਨ ਸ਼ਹੀਦ ਹੋ ਚੁੱਕੇ ਨੇ ਜਵਾਨਾਂ ਦੀ ਠੰਡ ਦੇ ਕਾਰਨ ਹੋਈਆਂ ਇੰਨੀਆਂ ਜ਼ਿਆਦਾ ਮੌਤਾਂ ਤੋਂ ਤੁਹਾਨੂੰ ਅੰਦਾਜ਼ਾ ਹੋ ਵੀ ਗਿਆ ਹੋਵੇਗਾ ਕਿ ਸਿਆਚਿਨ ਦਾ ਤਾਪਮਾਨ ਇਨਸਾਨ ਦੇ ਸਾਹ ਤੱਕ ਨੂੰ ਵੀ ਜਮਾ ਸਕਦਾ ਹੈ ਸਿਆਚਿਨ ਦੇ ਉੱਪਰ ਸਭ ਕੁਝ ਇੰਨੀ ਜਲਦੀ ਜੰਮ ਜਾਂਦਾ ਹੈ ਜਿਸ ਕਰਕੇ ਜਵਾਨਾਂ ਨੂੰ ਉੱਥੇ ਤਾਜ਼ਾ ਖਾਣਾ ਵੀ ਬਹੁਤ ਘੱਟ ਨਸੀਬ ਹੁੰਦਾ ਹੈ ਪਰ ਆਰਮੀ ਦੇ ਲਈ ਢਿੱਡ ਭਰਨਾ ਵੀ ਬਹੁਤ ਜ਼ਰੂਰੀ ਹੈ ਇਸ ਕਰਕੇ ਉੱਥੇ ਜਵਾਨਾਂ ਨੂੰ ਡਰਾਈ ਫਰੂਟ ਗਾਚਕ ਅਤੇ ਗੁੜ ਵਰਗੀਆਂ ਚੀਜ਼ਾਂ ਲਗਾਤਾਰ ਦਿੱਤੀਆਂ ਜਾਂਦੀਆਂ ਰਹਿੰਦੀਆਂ ਨੇ ਸਿਆਚਿਨ ਦੇ ਵਿੱਚ ਇੰਡੀਅਨ ਆਰਮੀ ਨੂੰ ਜ਼ਿਆਦਾਤਰ ਪੈਕਡ ਖਾਣਾ ਹੀ ਦਿੱਤਾ ਜਾਂਦਾ ਹੈ ਜਿਸ ਨੂੰ ਬਸ ਤੁਸੀਂ ਗਰਮ ਪਾਣੀ ਦੇ ਵਿੱਚ ਪਾਓ ਅਤੇ ਖਾ ਲਓ ਹੁਣ ਇਹ ਤੁਸੀਂ ਜਾਣ ਹੀ ਚੁੱਕੇ ਹੋਵੋਗੇ ਕਿ ਸਿਆਚਿਨ ਗਲੇਸ਼ੀਅਰ ਦੇ ਉੱਪਰ ਰਹਿਣਾ ਕਿੰਨਾ ਜ਼ਿਆਦਾ ਔਖਾ ਹੈ ਇੱਥੇ ਰਹਿਣ ਦੇ ਲਈ ਸਰੀਰਕ ਤੰਦਰੁਸਤੀ ਅਤੇ ਜਜ਼ਬਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਲਈ ਸਿਆਚਿਨ ਦੇ ਵਿੱਚ ਪੋਸਟਿੰਗ ਤੋਂ ਪਹਿਲਾਂ ਜਵਾਨਾਂ ਨੂੰ 5 ਹਫ਼ਤਿਆਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿੱਥੇ ਉਹਨਾਂ ਨੂੰ ਸ਼ੁਰੂ ਦੇ ਕੁਝ ਦਿਨ ਕਸ਼ਮੀਰ ਦੇ ਵਿੱਚ ਇਹ ਸਿਖਾਇਆ ਜਾਂਦਾ ਹੈ ਕਿ ਸਿਆਚਿਨ ਦੇ ਵਿੱਚ ਤੁਸੀਂ ਮਾਊਂਟੇਨ ਕਲਾਈਂਬਰ ਦੀ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ ਇਸ ਤੋਂ ਬਾਅਦ ਉਹਨਾਂ ਨੂੰ ਸਿਆਚਿਨ ਬੇਸ ਕੈਂਪ ਲਿਆਇਆ ਜਾਂਦਾ ਹੈ ਜਿੱਥੇ ਉਹਨਾਂ ਨੂੰ ਰੈਸਕਿਊ ਤੋਂ ਲੈ ਕੇ ਡਿਫੈਂਸ ਤੱਕ ਦੀਆਂ ਸਾਰੀਆਂ ਤਕਨੀਕਾਂ ਦੱਸੀਆਂ ਜਾਂਦੀਆਂ ਨੇ ਇਸ ਤੋਂ ਬਾਅਦ ਇਹਨਾਂ ਨੂੰ ਸਿਆਚਿਨ ਬੈਟਲ ਸਕੂਲ ਦੇ ਵਿੱਚ ਉਚਾਈ ਤੇ ਬਣੇ ਹੋਏ ਗਲੇਸ਼ੀਅਰ ਦੇ ਉੱਪਰ ਚੜ੍ਹਨਾ ਤੇ ਉਤਰਨਾ ਸਿਖਾਇਆ ਜਾਂਦਾ ਹੈ ਤੇ ਨਾਲ ਹੀ ਇਹਨਾਂ ਨੂੰ ਠੰਡ ਤੋਂ ਬਚਣ ਦੇ ਤਰੀਕੇ ਵੀ ਦੱਸੇ ਜਾਂਦੇ ਨੇ ਜਿਵੇਂ ਹੀ ਉਹਨਾਂ ਦੀ ਸਾਰੀ ਟ੍ਰੇਨਿੰਗ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਟੈਸਟ ਪਾਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਤੇ ਜਿਹੜਾ ਜਵਾਨ ਇਹ ਟੈਸਟ ਪਾਸ ਕਰ ਲੈਂਦਾ ਹੈ ਉਸ ਨੂੰ ਹੀ ਸਿਆਚਿਨ ਗਲੇਸ਼ੀਅਰ ਦੇ ਉੱਪਰ ਭੇਜਿਆ ਜਾਂਦਾ ਹੈ ਸਿਆਚਿਨ ਗਲੇਸ਼ੀਅਰ ਦੇ ਉੱਪਰ ਜਵਾਨ ਦੀ ਪੋਸਟਿੰਗ ਸਿਰਫ 3 ਮਹੀਨਿਆਂ ਦੀ ਹੁੰਦੀ ਹੈ ਸਿਆਚਿਨ ਗਲੇਸ਼ੀਅਰ ਦੇ ਉੱਪਰ ਪੈਣ ਵਾਲੀ ਠੰਡ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ ਕਿ ਇੱਥੋਂ ਦਾ ਵੱਧ ਤੋਂ ਵੱਧ ਤਾਪਮਾਨ -30 ਡਿਗਰੀ ਸੈਲਸੀਅਸ ਹੁੰਦਾ ਹੈ ਇਸ ਲਈ ਇੱਥੇ ਪੋਸਟਡ ਜਵਾਨਾਂ ਨੂੰ ਨਾ ਨਹਾਉਣ ਦੀ ਹਦਾਇਤ ਦਿੱਤੀ ਜਾਂਦੀ ਹੈ ਨਾਲ ਹੀ ਉੱਥੇ ਉਹਨਾਂ ਨੂੰ ਇਹ ਹਦਾਇਤ ਵੀ ਦਿੱਤੀ
ਮਾਰਦੇ ਸਮੇਂ ਕਿਤੇ ਉਸ ਤੇ ਕੱਟ ਲੱਗ ਗਿਆ ਤਾਂ ਉਸ ਦਾ ਜ਼ਖਮ ਉਹ ਅਸਲੀ ਜਾਨਲੇਵਾ ਬਣ ਜਾਵੇਗਾ। ਪੋਸਟਿੰਗ ਤੋਂ ਬਾਅਦ ਜਿੰਨੇ ਵੀ ਫੌਜੀ ਸਿਆਚਿਨ ਦੇ ਵਿੱਚ ਰਹਿ ਰਹੇ ਹੁੰਦੇ ਨੇ ਉਹਨਾਂ ਤੇ ਹਰ ਟਾਈਮ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ, ਕਿਉਂਕਿ ਇਸ ਬਰਫੀਲੇ ਰੇਗਿਸਤਾਨ ਦੇ ਵਿੱਚ ਕਿਹੜੀ ਜ਼ਮੀਨ ਕਦੋਂ ਥੱਲੇ ਨੂੰ ਧਸ ਜੇ ਤੇ ਕਦੋਂ ਬਰਫੀਲਾ ਤੂਫਾਨ ਆ ਜੇ ਇਸ ਦੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ। ਇਸ ਲਈ ਇੱਥੋਂ ਦੇ ਸੈਨਿਕ ਇੱਕ ਦੂਜੇ ਦੇ ਨਾਲ ਤੇ ਖੁਦ ਨੂੰ ਰੱਸੀ ਬੰਨ ਕੇ ਅੱਗੇ ਨੂੰ ਵੱਧਦੇ ਨੇ। ਇੰਡੀਅਨ ਆਰਮੀ ਦੀਆਂ ਮੁਸ਼ਕਲਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ, ਕਿਉਂਕਿ ਸਿਆਚਿਨ ਬੇਸ ਕੈਂਪ ਤੋਂ ਗਲੇਸ਼ੀਅਰ ਤੱਕ ਇੰਡੀਅਨ ਆਰਮੀ ਨੂੰ ਮਹੀਨੇ ਦਾ ਰਾਸ਼ਨ ਸਿਰਫ ਕੁਝ ਕੁ ਸੈਕਿੰਡਾਂ ਦੇ ਵਿੱਚ ਹੀ ਮਿਲਦਾ ਹੈ, ਕਿਉਂਕਿ ਸਿਆਚਿਨ ਦੇ ਮੌਸਮ ਤੇ ਉੱਥੇ ਚੱਲਣ ਵਾਲੀ 160 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਵਾਲੀ ਹਵਾ ਦੇ ਵਿੱਚ ਕਿਸੇ ਵੀ ਹੈਲੀਕਾਪਟਰ ਦਾ ਉੱਡ ਸਕਣਾ ਨਾਮੁਮਕਿਨ ਹੈ। ਇਸ ਲਈ ਉੱਥੇ ਇੰਡੀਅਨ ਆਰਮੀ ਦੇ ਇੱਕ ਖਾਸ ਹੈਲੀਕਾਪਟਰ ਚੀਤੇ ਨੂੰ ਹੀ ਉਤਾਰਿਆ ਜਾਂਦਾ ਹੈ, ਜਿਹੜਾ ਕਿ ਇੱਕ ਮਹੀਨੇ ਦੇ ਵਿੱਚ ਸਿਰਫ 30 ਸੈਕਿੰਡ ਦੇ ਲਈ ਉੱਥੇ ਬਣਾਏ ਹੋਏ ਇੱਕ ਹੈਲੀਪੈਡ ਦੇ ਉੱਪਰ ਉਤਰ ਕੇ ਉੱਥੇ ਰਾਸ਼ਨ ਡਿਲੀਵਰ ਕਰਦਾ ਹੈ ਪੂਰੇ ਇੱਕ ਮਹੀਨੇ ਦਾ। ਜੇਕਰ ਤੁਹਾਨੂੰ ਲੱਗਦਾ ਹੈ ਕਿ ਸਿਆਚਿਨ ਦੇ ਵਿੱਚ ਰਹਿਣ ਵਾਲੇ ਸੈਨਿਕਾਂ ਦੀਆਂ ਮੁਸ਼ਕਲਾਂ ਸਿਰਫ ਇੱਥੇ ਤੱਕ ਹੀ ਨੇ, ਤਾਂ ਤੁਸੀਂ ਇੱਥੇ ਵੀ ਗਲਤ ਹੋ, ਕਿਉਂਕਿ ਇੱਥੇ ਇੰਡੀਅਨ ਆਰਮੀ ਨੂੰ ਦੁਸ਼ਮਣ ਦੇ ਨਾਲ ਨਾਲ ਮੌਸਮ ਦੇ ਨਾਲ ਵੀ ਦੋ ਦੋ ਹੱਥ ਕਰਨੇ ਪੈਂਦੇ ਨੇ, ਜਿਸ ਦੇ ਕਾਰਨ ਸਿਆਚਿਨ ਗਲੇਸ਼ੀਅਰ ਦੇ ਉੱਪਰ ਨੀਂਦ ਦੇ ਵਿੱਚ ਹੀ ਆਕਸੀਜਨ ਘਟਣ ਦੇ ਨਾਲ ਕਈ ਸੈਨਿਕਾਂ ਦੀ ਮੌਤ ਹੋ ਜਾਂਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਿਆਚਿਨ ਗਲੇਸ਼ੀਅਰ ਦੇ ਉੱਪਰ ਮੌਜੂਦ 3000 ਜਵਾਨਾਂ ਦੇ ਉੱਪਰ ਇੰਡੀਅਨ ਆਰਮੀ ਹਰ ਰੋਜ਼ 6 ਕਰੋੜ ਖਰਚ ਕਰਦੀ ਹੈ ਤਾਂ ਕਿ ਉਹ ਜਵਾਨਾਂ ਨੂੰ ਹਰ ਇੱਕ ਤਰ੍ਹਾਂ ਦੀ ਸਹੂਲਤ ਦੇ ਸਕਣ। ਇੰਡੀਅਨ ਗਵਰਨਮੈਂਟ ਨੇ ਜਵਾਨਾਂ ਨੂੰ ਮੌਸਮ ਤੋਂ ਬਚਾਉਣ ਦੇ ਲਈ ਤੇ ਦੁਸ਼ਮਣਾਂ ਦੇ ਨਾਲ ਲੋਹਾ ਲੈਣ ਦੇ ਲਈ 7500 ਕਰੋੜ ਦੇ ਮਾਊਂਟੇਨ ਇਕਵਿਪਮੈਂਟ ਵੀ ਖਰੀਦ ਕੇ ਦਿੱਤੇ ਨੇ ਤੇ ਇਹਨਾਂ ਸਾਰੇ ਇਕਵਿਪਮੈਂਟ ਦੇ ਕਾਰਨ ਇੰਡੀਅਨ ਆਰਮੀ ਨੂੰ ਪਹਾੜਾਂ ਦੇ ਉੱਪਰ ਚੜ੍ਹਨ ਅਤੇ ਉਤਰਨ ਦੇ ਵਿੱਚ ਕਾਫੀ ਜ਼ਿਆਦਾ ਸੌਖ ਮਿਲਦੀ ਹੈ। ਇਹ ਗਲੇਸ਼ੀਅਰ ਇੰਡੀਅਨ ਆਰਮੀ ਦੇ ਲਈ ਤੇ ਪਾਕਿਸਤਾਨ ਦੇ ਲਈ ਇੰਨਾ ਜ਼ਿਆਦਾ ਜ਼ਰੂਰੀ ਕਿਉਂ ਹੈ ਜੋ ਇਸ ਦੇ ਲਈ ਉਹ ਵਾਰ-ਵਾਰ ਲੜਦੇ ਨੇ? ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਜ਼ਾਦੀ ਤੋਂ ਬਾਅਦ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਹਮੇਸ਼ਾ ਦੁਸ਼ਮਣੀ ਵਾਲਾ ਮਾਹੌਲ ਰਿਹਾ ਹੈ। ਇਸ ਲਈ ਦੋਨੇ ਮੁਲਕਾਂ ਦੇ ਵਿੱਚ ਸ਼ਾਂਤੀ ਅਤੇ ਅਮਨ ਬਣਾਈ ਰੱਖਣ ਦੇ ਲਈ ਪਹਿਲਾਂ 1949 ਦੇ ਵਿੱਚ ਕਰਾਚੀ ਐਗਰੀਮੈਂਟ ਤੇ ਉਸ ਤੋਂ ਬਾਅਦ 1972 ਦੇ ਵਿੱਚ ਸ਼ਿਮਲਾ ਐਗਰੀਮੈਂਟ ਹੋਇਆ ਸੀ ਤੇ ਇਹਨਾਂ ਐਗਰੀਮੈਂਟ ਦੇ ਉੱਪਰ ਦੋਨੇ ਹੀ ਦੇਸ਼ਾਂ ਨੇ ਇਹ ਸਾਈਨ ਕੀਤੇ ਸਨ ਕਿ ਕੋਰਾਕੋਰਮ ਦੀਆਂ ਪਹਾੜੀਆਂ ਦੇ ਕੋਲ ਮੌਜੂਦ ਸਿਆਚਿਨ ਗਲੇਸ਼ੀਅਰ ਦੇ ਉੱਪਰ ਕੋਈ ਵੀ ਦੇਸ਼ ਗੋਸਪੈਟ ਨਹੀਂ ਕਰੇਗਾ, ਕਿਉਂਕਿ ਕੋਰਾਕੋਰਮ ਦੀਆਂ ਪਹਾੜੀਆਂ ਖਤਮ ਹੁੰਦਿਆਂ ਹੀ ਇੱਕ ਪਾਸੇ NH-9842 ਇਲਾਕਾ ਹੈ ਜਿਹੜਾ ਪਾਕਿਸਤਾਨ ਦੇ ਬਲਤਿਸਤਾਨ ਦਾ ਐਂਡ ਪੁਆਇੰਟ ਹੈ ਤੇ ਉਸ ਦੇ ਨਾਲ ਹੀ ਦੂਜੇ ਪਾਸੇ ਚਾਈਨਾ ਦਾ ਐਂਡ ਪੁਆਇੰਟ ਲੱਗਦਾ ਹੈ ਤੇ ਇਹ ਗਲੇਸ਼ੀਅਰ ਉਹਨਾਂ ਦੇ ਵਿਚਕਾਰ ਹੈ ਤੇ ਇਹ ਗਲੇਸ਼ੀਅਰ ਕਾਰਨ ਹੀ ਦੋਨੇ ਮੁਲਕ ਅਲੱਗ-ਅਲੱਗ ਨੇ ਤੇ ਇੰਡੀਆ ਕਦੇ ਵੀ ਨਹੀਂ ਚਾਹੇਗਾ ਤਾਂ ਇੱਕ ਹੋ ਜਾਣ ਤੇ ਜੇਕਰ ਇਹਨਾਂ ਦੋਨੇ ਦੇਸ਼ਾਂ ਦੇ ਵਿੱਚੋਂ ਵੀ ਕਿਸੇ ਨੇ ਸਿਆਚਿਨ ਦੇ ਉੱਪਰ ਕਬਜ਼ਾ ਕਰ ਲਿਆ ਤਾਂ ਉਹ ਉੱਥੋਂ ਇੰਡੀਆ ਦੇ ਉੱਪਰ ਸਿੱਧੀ ਆਪਣੀ ਨਿਗਾਹ ਰੱਖ ਸਕਦੇ ਨੇ ਤੇ ਨਾਲ ਹੀ ਇਹ ਦੋਵੇਂ ਦੇਸ਼ ਮਿਲ ਕੇ ਇੰਡੀਆ ਦੇ ਉੱਪਰ ਹਮਲਾ ਵੀ ਕਰ ਸਕਦੇ ਨੇ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਆਪਣੇ ਦੋਵੇਂ ਦੁਸ਼ਮਣਾਂ ਦੇ ਨਾਲ ਇੱਕ ਟਾਈਮ ਤੇ ਇੰਡੀਆ ਨੂੰ ਲੜਨਾ ਥੋੜਾ ਮੁਸ਼ਕਲ ਹੋ ਜਾਵੇਗਾ। ਇਹੀ ਕਾਰਨਾਂ ਕਰਕੇ ਇੰਡੀਅਨ ਆਰਮੀ ਸਿਆਚਿਨ ਦੇ ਵਿੱਚ ਇੰਨੇ ਖਰਾਬ ਹਾਲਾਤਾਂ ਦੇ ਵਿੱਚ ਵੀ ਤੈਨਾਤ ਹੈ ਤੇ ਸਿਆਚਿਨ ਸਭ ਤੋਂ ਉੱਚੀ ਜਗ੍ਹਾ ਤੇ ਹੋਣ ਕਰਕੇ ਇੰਡੀਆ ਇੱਥੋਂ ਪਾਕਿਸਤਾਨ ਅਤੇ ਚਾਈਨਾ ਦੋਨਾਂ ਦੇ ਉੱਪਰ ਆਪਣੀ ਨਿਗਾਹ ਰੱਖ ਸਕਦਾ ਹੈ। ਇਹੀ ਕਾਰਨਾਂ ਕਰਕੇ ਇੰਡੀਅਨ ਆਰਮੀ ਨੂੰ ਇੰਨੇ ਔਖੇ ਹੋ ਕੇ ਵੀ ਸਿਆਚਿਨ ਦੇ ਵਿੱਚ ਰਹਿਣਾ ਪੈਂਦਾ ਹੈ। ਇਹ ਸਾਂਝੀ ਸਿਆਚਿਨ ਦੇ ਉੱਪਰ ਕਿਹੋ ਜਿਹੀ ਹੈ ਇੰਡੀਅਨ ਆਰਮੀ ਦੀ ਲਾਈਫ ਉਸ ਦੇ ਬਾਰੇ ਵੀਡੀਓ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।